ਕਿਸਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਅਤੇ ਡੁੱਬ ਰਹੀ ਕਿਸਾਨੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਕਿਸਾਨ ਵੀਰਾਂ ਦੁਆਰਾ ਆਪਣੇ ਪੱਧਰ 'ਤੇ ਇੱਕ ਕਾਮਯਾਬੀ ਹਾਸਲ ਕੀਤੀ ਹੈ, ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੋਸ਼ਲ ਮੀਡੀਆ ਵਟਸਐਪ ਰਾਹੀਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਸੰਬੰਧੀ ਜਾਣਕਾਰੀ ਦੇਣ ਅਤੇ ਨੌਜਵਾਨਾਂ ਅੰਦਰ ਖੇਤੀਬਾੜੀ ਦੇ ਕਿੱਤੇ ਪ੍ਰਤੀ ਰੁਚੀ ਪੈਦਾ ਕਰਨ ਲਈ ਪੰਜਾਬ ਭਰ ਤੋਂ ਨੌਜਵਾਨ ਕਿਸਾਨਾਂ ਦਾ ਵਟਸਐਪ ਗਰੁੱਪ ਜੋ 14 ਅਗਸਤ 2014 ਵਿੱਚ ਬਣਾਇਆ ਗਿਆ ਸੀ, ਉਸ ਦੇ 4 ਸਾਲ ਪੂਰੇ ਹੋਣ 'ਤੇ ਸਮੂਹ ਨੌਜਵਾਨ ਕਿਸਾਨ ਮੈਂਬਰਾਂ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਤਕਨੀਕੀ ਸਹਿਯੋਗ ਨਾਲ ਸਥਾਨਕ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰ ਕੇਂਦਰ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਰਾਜ ਪੱਧਰੀ ਸਮਾਗਮ ਦੌਰਾਨ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ PAU ਦੇ ਖੇਤੀ ਮਾਹਿਰ ਵੱਲੋਂ ਖੇਤੀ ਜਿਨਸਾਂ ਦੀ ਮੰਡੀਕਰਨ, ਸਬਜ਼ੀਆਂ ਦੀ ਕਾਸ਼ਤ, ਕਿਸਾਨ ਉਤਪਾਦਕ ਸੰਗਠਨਾਂ ਦੀ ਮਹੱਤਤਾ, ਜੈਵਿਕ ਖੇਤੀ, ਐਗਰੋ ਪ੍ਰੋਸੈਸਿੰਗ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਬਟਾਲਾ 'ਚ ਕਰਵਾਏ ਗਏ ਸਮਾਗਮ 'ਚ ਕਾਹਨ ਸਿੰਘ ਪੰਨੂ, ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਤੌਰ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਾਹਨ ਸਿੰਘ ਪੰਨੂ ਨੇ ਆਖਿਆ ਕਿ ਕਿਸਾਨ ਭਲਾਈ ਵਿਭਾਗ ਵੱਲੋਂ ਬਣਾਏ ਗਏ ਸੋਸ਼ਲ ਮੀਡੀਆ ਵਟਸਐਪ ਰਾਹੀਂ ਕਿਸਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਇਸ ਗਰੁੱਪ ਰਾਹੀਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਅਤੇ ਉਸ ਜਾਣਕਾਰੀ ਰਾਹੀਂ ਪਿਛਲੇ ਸਮੇਂ 'ਚ ਕਿਸਾਨਾਂ ਨੇ ਬਹੁਤ ਲਾਭ ਉਠਾਇਆ। ਦੇਖੋ ਜੀ, ਇਸ ਤਰ੍ਹਾਂ ਹੈ ਕਿ ਨੌਜਵਾਨ ਕਿਸਾਨਾਂ ਨੇ ਬਹੁਤ ਵੱਡਾ ਉੱਦਮ ਕੀਤਾ। ਨਵੀਂ ਟੈਕਨੋਲੋਜੀ ਆਈ, ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, ਵਟਸਐਪ ਦੇ ਵਿੱਚ, ਉਹਦੇ 'ਚ ਇੱਕ ਬਹੁਤ ਵੱਡਾ ਉੱਦਮ ਕਰਕੇ ਸਰ ਅਮਰੀਕ ਸਿੰਘ ਹੋਣਾ ਦੀ ਰਹਿਨੁਮਾਈ ਦੇ ਵਿੱਚ ਕਿਸਾਨਾਂ ਨੇ ਇੱਕ ਗਰੁੱਪ ਬਣਾਇਆ। ਉਸ ਦੇ ਵਿੱਚ 400-500 ਕਿਸਾਨ ਜੁੜੇ ਨੇ ਅਤੇ ਉਹ ਕਿਸਾਨ ਇਸ ਗਰੁੱਪ ਰਾਹੀਂ ਆਪਣੀ ਜਾਣਕਾਰੀ ਸਾਂਝੀ ਕਰਦੇ ਨੇ ਇੱਕ ਦੂਜੇ ਨਾਲ ਅਤੇ ਨਵੀਂ ਟੈਕਨੋਲੋਜੀ ਜਿਹੜੀ ਹੈ ਉਹ ਲੈ ਕੇ ਆਉਂਦੇ ਨੇ ਅਤੇ ਉਸ ਨਾਲ ਆਪਣੀ ਖੇਤੀ ਦੇ ਵਿੱਚ ਇਹਨਾਂ ਨੇ ਆਪਣੇ ਖਰਚੇ ਘਟਾਏ ਨੇ, ਖੇਤੀ ਵਧੀਆ ਕੀਤੀ ਹੈ, ਪ੍ਰੋਡਕਸ਼ਨ ਵਧੀਆ ਅਤੇ ਲੋਕਾਂ ਦੀ ਹਾਲਤ ਸੁਧਰੀ ਆ ਉਹਦੇ ਨਾਲ। ਇਹ ਗਰੁੱਪ ਕੋਈ ਇਕੱਲਾ ਖੇਤੀ ਨਾਲ ਨਹੀਂ ਜੁੜਿਆ, ਇਹ ਲੋਕਾਂ ਦੇ ਸਮਾਜਿਕ ਸਰੋਕਾਰ ਨੇ ਜਿਹੜੇ, ਚਾਹੇ ਉਹ ਵੱਧ ਖਰਚਿਆਂ ਦਾ ਹੋਵੇ, ਚਾਹੇ ਉਹ ਖੇਤੀ ਦੇ ਉੱਤੇ ਖਰਚੇ ਨੇ, ਚਾਹੇ ਸਮਾਜਿਕ ਖਰਚੇ ਨੇ, ਚਾਹੇ ਚੰਗਾ ਜੀਣਾ ਹੈ, ਚੰਗਾ ਪਹਿਨਣਾ ਹੈ, ਚੰਗਾ ਖਾਣਾ ਹੈ, ਔਰਗੈਨਿਕ ਫਾਰਮਿੰਗ ਕਰਨੀ ਹੈ, ਕੋਈ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਜਿਹੜੀਆਂ ਮਿਲਾਵਟਾਂ ਆ ਰਹੀਆਂ ਨੇ ਉਹਨਾਂ ਦੇ ਖਿਲਾਫ ਜੰਗ ਲੜਨੀ ਹੈ। ਸੋ ਇਹ ਗਰੁੱਪ ਸਾਰੇ ਪਾਸੇ ਨੂੰ ਇੱਕ ਸੁੱਖ ਸਮਰਿੱਧ ਗਰੁੱਪ ਹੋ ਕੇ ਕੰਮ ਕਰ ਰਿਹਾ ਅਤੇ ਮੇਰੀ ਆਸ ਹੈ ਕਿ ਪੰਜਾਬ ਦੇ ਵਿੱਚ ਹੋਰ ਵੀ ਗਰੁੱਪ ਇਸ ਤਰ੍ਹਾਂ ਕੰਮ ਕਰਨਗੇ। ਸਮਾਗਮ 'ਚ ਸ਼ਾਮਿਲ ਕਿਸਾਨਾਂ ਨੇ ਆਖਿਆ ਕਿ ਸਮੁੱਚੇ ਦੇਸ਼ ਵਿੱਚ ਸਭ ਤੋਂ ਪਹਿਲਾਂ ਬਣੇ ਇਸ ਗਰੁੱਪ ਕਾਰਨ ਨੌਜਵਾਨ ਕਿਸਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ, ਜਿਸ ਕਾਰਨ ਅੱਜ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੇ ਖੇਤੀਬਾੜੀ ਦੇ ਨਾਲ ਸਹਾਇਕ ਕਿੱਤੇ ਅਪਣਾ ਕੇ ਕਈ ਸਫਲਤਾਵਾਂ ਹਾਸਲ ਕੀਤੀਆਂ ਹਨ। ਉੱਥੇ ਹੀ ਉਹਨਾਂ ਆਖਿਆ ਕਿ ਅੱਜ ਦਾ ਸਮਾਗਮ ਕਿਸਾਨਾਂ ਵੱਲੋਂ ਅਤੇ ਕਿਸਾਨਾਂ ਲਈ ਹੈ ਅਤੇ ਇਸ ਦਾ ਉਹਨਾਂ ਨੂੰ ਬਹੁਤ ਲਾਭ ਹੋਇਆ ਹੈ। ਜੋ ਇਹ ਵਟਸਐਪ ਗਰੁੱਪ ਜਿਹੜਾ ਕਿਸਾਨਾਂ ਦਾ, ਜਿਸ ਨੂੰ ਕਿ ਅਸੀਂ ਦੇਖਦੇ ਹਾਂ ਕਿ ਪੂਰੇ ਉੱਤਰ ਭਾਰਤ ਦਾ ਸਭ ਤੋਂ ਵਧੀਆ ਗਰੁੱਪ ਆ, ਜਿਸ ਨੂੰ ਪਿਛਲੇ ਸਮੇਂ ਵਿੱਚ BBC ਨੇ ਵੀ ਆਪਣੀ ਵੈਬਸਾਈਟ ਉੱਤੇ ਥਾਂ ਦਿੱਤੀ। ਔਰ ਜੋ ਕਿਸਾਨ ਵੀਰ ਅੱਜ ਦੇ ਡਿਜੀਟਲ ਟੈਕਨੋਲੋਜੀ ਦੇ ਇਸ ਯੁੱਗ ਵਿੱਚ ਇੱਕ ਪਾਸੇ ਖੇਤਾਂ ਵਿੱਚ ਖੜ੍ਹੇ ਹੋ ਕੇ ਅਤੇ ਦੂਜੇ ਪਾਸੇ ਡਾਕਟਰ ਸਾਹਿਬਾਨ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਜੋ ਵਿਚਾਰ ਵਿਮਰਸ਼ ਕਰਦੇ ਨੇ, ਜੋ ਕਿਸਾਨਾਂ ਨੂੰ ਸੇਧ ਦਿੰਦੇ ਨੇ, ਔਰ ਇਸ ਦੇ ਨਾਲ ਨਾਲ ਜੋ ਪਿਛਲੇ 4 ਸਾਲਾਂ ਦੇ ਵਿੱਚ ਉਪਲਬਧੀਆਂ ਕਿਸਾਨਾਂ ਨੇ, ਇੱਕ ਨਵੇਕਲੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਨੇ, ਜਿਹਦੇ ਬਾਰੇ ਮੇਰੇ ਹੋਰ ਕਿਸਾਨ ਵੀਰ ਤੁਹਾਡੇ ਨਾਲ ਸਾਂਝਾ ਕਰਨਗੇ ਗੱਲਾਂ ਬਾਤਾਂ ਆਪਣੀਆਂ। ਔਰ ਸਭ ਤੋਂ ਵੱਡੀ ਗੱਲ ਕਿ ਇਹਦੇ ਨਾਲ ਜੋ ਪਿਛਲੇ 3-4 ਸਾਲ ਦੇ ਵਿੱਚ ਜੋ ਸਾਡੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਇੱਕ ਪ੍ਰਦੂਸ਼ਣ ਦੀ, ਜਿਹੜਾ ਕਿ ਪਰਾਲੀ ਜਾਂ ਨਾੜ ਨੂੰ ਸਾੜਨ ਬਾਰੇ ਜਿਹੜੀ ਨਵੀਂ ਮਸ਼ੀਨਰੀ ਇਸ ਵੇਲੇ ਪ੍ਰਯੋਗ ਹੋ ਰਹੀ ਆ, ਉਹਦੇ ਵਿੱਚ ਬਹੁਤ ਵੱਡੀ ਦੇਣ ਸਾਡੇ ਵਟਸਐਪ ਗਰੁੱਪ ਵੱਲੋਂ ਕੀਤੀ ਗਈ ਖੋਜ ਆ, ਜਿਹੜੀ ਕਿਸਾਨਾਂ ਨੇ ਆਪਣੇ ਆਪਣੇ ਫਾਰਮ ਦੇ ਉੱਤੇ ਕੀਤੀ ਆ, ਉਸ ਸੰਬੰਧੀ ਖੋਜ ਨੂੰ ਯੂਨੀਵਰਸਿਟੀਆਂ ਨੇ ਅਤੇ ਵਿਭਾਗਾਂ ਨੇ ਮੰਨ ਕੇ ਜੋ ਮਸ਼ੀਨਰੀ ਤਿਆਰ ਕੀਤੀ ਉਹ ਵੀ ਅੱਜ ਇੱਥੇ ਪ੍ਰਦਰਸ਼ਿਤ ਕੀਤੀ ਗਈ ਆ। ਸੋ ਸਾਨੂੰ ਆਸ ਹੈ ਕਿ ਸਾਰੇ ਪੰਜਾਬ ਤੋਂ ਜਿਹੜੇ ਕਿਸਾਨ ਵੀਰ ਇੱਥੇ ਆਏ ਨੇ ਉਹ ਇਸ ਦਾ, ਅੱਜ ਦੇ ਇਸ ਸੈਮੀਨਾਰ, ਇਸ ਪ੍ਰੋਗਰਾਮ ਦਾ ਔਰ ਪ੍ਰਦਰਸ਼ਨੀ ਦਾ ਭਰਪੂਰ ਫਾਇਦਾ ਉਠਾਉਣਗੇ। ਸੰਦਾਂ ਦੇ ਉੱਤੇ ਬਹੁਤ ਜ਼ਿਆਦਾ ਸਬਸਿਡੀ ਦਿੱਤੀ ਆ, 10 ਲੱਖ ਦੇ ਕਾਫੀ ਜਿਹੜੇ ਸੰਦ ਆ ਉਹ ਖੁੱਲ੍ਹੇ ਆ, ਜਿਹਦੇ ਵਿੱਚ 80% ਸਬਸਿਡੀ ਦਿੱਤੀ ਜਾ ਰਹੀ ਆ, ਔਰ ਇਕੱਲੇ ਇਕੱਲੇ ਸੰਦ 'ਤੇ ਜਿਵੇਂ ਹੈਪੀ ਸੀਡਰ ਆ ਜਿਹੜਾ ਕੰਬਾਈਨ ਤੋਂ ਬਾਅਦ ਬਿਜਾਈ ਕਰ ਦਿੰਦਾ, ਉਹਦੇ 'ਤੇ ਵੀ ਸਰਕਾਰ ਵੱਲੋਂ 50% ਜਿਹੜੀ ਸਬਸਿਡੀ ਦਿੱਤੀ ਜਾ ਰਹੀ ਆ। ਇਹ ਸਬਸਿਡੀ ਦੇ ਨਾਲ ਕਾਫੀ ਫਾਇਦਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੀ ਅੱਗ ਦੀ ਸਮੱਸਿਆ ਸੀ, ਜਿਹੜੀ ਸੰਦਾਂ ਦੀ ਸਮੱਸਿਆ ਸੀ, ਉਹ ਕਾਫੀ ਹੱਦ ਤੱਕ ਜਿਹੜੀ ਆ ਉਹ ਹੱਲ ਹੋਏਗੀ, ਔਰ ਆਸ ਕਰਦਾ ਕਿ ਕਿਸਾਨ ਵੀਰ ਜਿਹੜੇ ਆ ਉਹ ਵੱਧ ਤੋਂ ਵੱਧ ਮਸ਼ੀਨਰੀ ਲੈ ਕੇ ਔਰ ਜਿਹੜੀ ਆ ਉਹ ਅੱਗ ਨਾ ਲਗਾਉਣਗੇ। ਔਰ ਸਾਡੇ ਗਰੁੱਪ ਦਾ ਵੀ ਇਹੀ ਮੇਨ ਮੁੱਖ ਮਕਸਦ ਆ ਕਿ ਇਸ ਵਾਰ ਸਾਡੇ ਗਰੁੱਪ ਦਾ ਕੋਈ ਮੈਂਬਰ ਵੀ ਜਿਹੜਾ ਉਹ ਅੱਗ ਨਹੀਂ ਲਗਾਏਗਾ।
ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਖੇਤੀਬਾੜੀ ਸੰਦਾਂ ਸੰਬੰਧੀ ਸਬਸਿਡੀ ਵਾਲੀਆਂ ਸਹੂਲਤਾਂ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਣਗੀਆਂ। ਉਮੀਦ ਹੈ ਕਿ ਇਹੋ ਜਿਹੀਆਂ ਸਹੂਲਤਾਂ ਅਤੇ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਹੋਰ ਇਹੋ ਜਿਹੇ ਉੱਦਮ ਡੁੱਬ ਰਹੀ ਕਿਸਾਨੀ ਨੂੰ ਸਹਾਰਾ ਦੇਣਗੀਆਂ। ਬਟਾਲਾ ਤੋਂ ਸੁਖਦੇਵ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ ਟਾਈਮ ਟੀਵੀ।